ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਲੇਖ ਕਰਾਂਗੇ ਸ਼ਹੀਦ ਭਗਤ ਸਿੰਘ ਸੋ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਜੇਕਰ ਤੁਸੀਂ ਸੀਨੀਅਰ ਕਲਾਸ ਦੇ ਸਟੂਡੈਂਟ ਹੋ ਤਾਂ ਤੁਸੀਂ ਇਸ ਲੇਖ ਨੂੰ ਡਿਸਕ੍ਰਿਪਟ ਰੂਪ ਦੇ ਵਿੱਚ ਪੁਆਇੰਟਸ ਬਣਾ ਬਣਾ ਕੇ ਲਿਖ ਸਕਦੇ ਹੋ ਆਦਰਵਾਇਜ਼ ਤੁਸੀਂ ਇਸ ਤਰ੍ਹਾਂ ਪੈਰੇ ਬਣਾ ਕੇ ਵੀ ਲਿਖ ਸਕਦੇ ਹੋ ਹਾਂਜੀ ਸ਼ੁਰੂ ਕਰਦੇ ਹਾਂ ਭਗਤ ਸਿੰਘ ਦਾ ਜਨਮ 27 ਸਤੰਬਰ 1907 ਈਸਵੀ ਨੂੰ ਚੱਕ ਨੰਬਰ 105 ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਤੇ ਇਹਨਾਂ ਦੀ ਜੋ ਜਨਮ ਡੇਟ ਹੈ ਬਹੁਤੀਆਂ ਥਾਵਾਂ ਤੇ ਸਾਨੂੰ 27 ਸਤੰਬਰ ਮਿਲਦਾ ਹੈ ਲਿਖਿਆ ਹੋਇਆ ਬਹੁਤੀਆਂ ਥਾਵਾਂ ਤੇ ਸਾਨੂੰ 28 ਸਤੰਬਰ ਮਿਲਦਾ ਹੈ ਸੋ ਇਹਦਾ ਹੱਲ ਇਹ ਹੈ ਕਿ ਤੁਸੀਂ ਸਤੰਬਰ 1937 ਇਸ ਵੀ ਲਿਖ ਲਓ ਠੀਕ ਹੈ ਜੀ ਜੇਕਰ ਤੁਸੀਂ ਇਹਦੇ ਵਿੱਚ ਕਨਫਿਊਜ਼ ਨਾ ਹੋਣਿਓ ਤਾਂ ਤੁਸੀਂ ਇਹਦੀ ਡੇਟ ਨੂੰ ਛੱਡ ਦਿਓ ਸਤੰਬਰ 1937 ਇਸ ਵੀ ਲਿਖ ਸਕਦੇ ਹੋ ਸਰਦਾਰ ਭਖ ਸਿੰਘ ਦੇ ਪਿਤਾ ਕਿਸ਼ਨ ਸਿੰਘ ਸੀ ਉਸਦੀ ਮਾਤਾ ਦਾ ਨਾਮ ਵਿਦਿਆਵਤੀ ਸੀ ਖਟਕੜ ਕਲਾ ਉਸ ਦਾ ਜੱਦੀ ਪਿੰਡ ਸੀ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਉਹ ਡੀਏਵੀ ਸਕੂਲ ਲਾਹੌਰ ਵਿੱਚ ਦਾਖਲ ਹੋਇਆ ਬਚਪਨ ਵਿੱਚ ਜਿਲਿਆਂਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਤੇ ਬਹੁਤ ਅਸਰ ਪਾਇਆ ਉਸ ਨੇ ਉੱਥੋਂ ਇੱਕ ਖੂਨ ਵਾਲੀ ਮਿੱਟੀ ਦੀ ਸ਼ਿਸ਼ੀ ਪਰ ਲਈ ਸੀ ਤਾਂ ਜਦੋਂ ਉਹ ਬਚਪਨ 12 ਸਾਲ ਦੀ ਉਮਰ ਵਿੱਚ ਸੀ ਉਹ ਜ਼ਿਲ੍ਹਿਆਂ ਵਾਲੇ ਬਾਗਮ ਸਰਤੇ ਵਿੱਚ ਗਿਆ ਉੱਥੇ ਉਹਨਾਂ ਨੇ ਦੇਖਿਆ ਵੀ ਮੇਰੇ ਦੇਸ਼ ਦੇ ਇੰਨੇ ਲੋਕਾਂ ਨੂੰ ਨਿ ਹੱਥੇ ਲੋਕਾਂ ਦੇ ਉੱਤੇ ਅੰਗਰੇਜ਼ਾਂ ਨੇ ਗੋਲੀਆਂ ਚਲਵਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਤਾਂ ਉੱਥੇ ਜੋ ਖੂਨ ਮਿੱਟੀ ਸੀ ਮਿੱਟੀ ਉਹਦੀ ਮੁਠੀ ਭਰੀ ਤੇ ਉਹਨੂੰ ਸ਼ੀਸ਼ੀ ਦੇ ਵਿੱਚ ਪਾ ਲਈ ਸੀ ਤਾਂ ਕਿ ਉਸ ਦੇ ਅੰਦਰ ਉਹ ਜਦੋਂ ਸ਼ੀਸ਼ਣ ਦੇਖਿਆ ਕਰੇ ਉਹਦੇ ਅੰਦਰ ਇੱਕ ਜਜ਼ਬਾ ਪੈਦਾ ਹੋ ਸਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਇਸ ਲਈ ਉਸ ਨੇ ਨਿਸ਼ਾਨੀ ਵਜੋਂ ਉਹ ਨਾਲ ਰੱਖ ਲਈ ਸੀ ਗਾਂਧੀ ਜੀ ਦੀ ਨਾਮ ਮਿਲਵਰਤਨ ਲਹਿਰ ਚੱਲ ਰਹੀ ਸੀ ਉਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜਦਾ ਸੀ ਉੱਥੇ ਹੀ ਉਸ ਦਾ ਮੇਲ ਸੁਖਦੇਵ ਨਾਲ ਹੋਇਆ ਇਹਨਾਂ ਨੇ ਇਸ ਲਹਿਰ ਵਿੱਚ ਸਹਿਯੋਗ ਦਿੱਤਾ ਪਰਵਾਦ ਵਿੱਚ ਉਹ ਅਲੱਗ ਹੋ ਗਏ ਇਹ ਜੋ ਗਾਂਧੀ ਜੀ ਦਾ ਅੰਦੋਲਨ ਸੀ ਨਾਮਿਲਵਰਤਨ ਅੰਦੋਲਨ ਪਹਿਲਾਂ ਤਾਂ ਇਹਨਾਂ ਨੇ ਇਸ ਦੇ ਵਿੱਚ ਸਹਿਯੋਗ ਦਿੱਤਾ ਇਸ ਅੰਦੋਲਨ ਦੇ ਵਿੱਚ ਕੀ ਕੀਤਾ ਜਾਂਦਾ ਸੀ ਵੀ ਅਸੀਂ ਅੰਗਰੇਜ਼ਾਂ ਦੀਆਂ ਜੋ ਵਸਤੂਆਂ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਉਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਲੋਕ ਇਹ ਗੱਲ ਕਹਿ ਰਹੇ ਸੀ ਤਾਂ ਇਹਨਾਂ ਨੇ ਪਹਿਲਾਂ ਤਾਂ ਗਾਂਧੀ ਜੀ ਦੀ ਇਸ ਲੈਰ ਦਾ ਸਮਰਥਨ ਕੀਤਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਉੱਥੇ ਥੋੜੀ ਬਹੁਤ ਹੀ ਹਿੰਸਾ ਹੋ ਗਈ ਤਾਂ ਗਾਂਧੀ ਜੀ ਕਹਿਣ ਲੱਗੇ ਵੀ ਅਸੀਂ ਤਾਂ ਅਹਿੰਸਾ ਅਪਣਾਉਣੀ ਹੈ ਅਸੀਂ ਨੀ ਮਾਰ ਕਟਾਈ ਨਹੀਂ ਕਰਨੀ ਤਾਂ ਇਸ ਤਰ੍ਹਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ મતਭੇਦ ਆ ਗਿਆ ਸੀ ਉਸ ਤੋਂ ਬਾਅਦ ਇਹ ਅਲੱਗ ਹੋ ਗਏ ਸੀ ਸਾਈਮਨ ਕਮਿਸ਼ਨ ਗੋ ਬੈਕ ਅੰਦੋਲਨ ਵਿੱਚ ਲਾਲਾ ਲਾਜਪਤਰਾਏ ਸ਼ਹੀਦ ਹੋ ਗਏ ਉਸ ਤੋਂ ਬਾਅਦ ਸਾਈਮਨ ਕਮਿਸ਼ਨ ਇੱਕ ਲਹਿਰ ਚੱਲੀ ਅੰਦੋਲਨ ਚੱਲਿਆ ਜਿਦੇ ਵਿੱਚ ਲਾਲਾ ਲਾਜਪਤਰਾਏ ਅਤੇ ਹੋਰ ਸਾਥੀਆਂ ਨੇ ਇਹਦਾ ਵਿਰੋਧ ਕੀਤਾ ਵੀ ਸਾਈਮਨ ਕਮਿਸ਼ਨ ਗੋ ਬੈਕ ਇਹ ਅੰਦੋਲਨ ਚਲਾਇਆ ਤਾਂ ਇਸ ਦੇ ਵਿੱਚ ਭਗਤ ਸਿੰਘ ਹੋਰ ਅਤੇ ਲਾਲਾ ਲਾਜਪਤਰਾਏ ਹੋਰ ਨੇ ਹਿੱਸਾ ਲਿਆ ਤੇ ਜਿੱਥੇ ਲਾਠੀ ਚਾਰਜ ਕੀਤਾ ਗਿਆ ਤਾਂ ਲਾਲਾ ਲਾਜਪਤਰਾਏ ਜੀ ਦੇ ਉਹ ਸ਼ਹੀਦ ਹੋ ਗਏ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤਰਾਏ ਦੇ ਕਾਤਲ ਮਿਸਟਰ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਉੱਪਰ ਜਾ ਰਿਹਾ ਸੀ ਇਸ ਲਈ ਗਲਤੀ ਨਾਲ ਭਗਤ ਸਿੰਘ ਹੋਰਾਂ ਤੋਂ ਸਾਂਡਰਸ ਮਾਰਿਆ ਗਿਆ ਉਹਨਾਂ ਨੇ ਕੀ ਕੀਤਾ ਸੀ ਕਿ ਉਹ ਜਿਹੜਾ ਵੀ ਥਾਣਾ ਸੀ ਠੀਕ ਹੈ ਜੋ ਉਸਤੇ ਬਾਹਰ ਲੁੱਕ ਕੇ ਬੈਠ ਗਈ ਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਮਿਸਟਰ ਸਕਾਟਵਾਰ ਨਿਕਲੇਗਾ ਤਾਂ ਅਸੀਂ ਗੋਲੀਆਂ ਚਲਾ ਦੇਵਾਂਗੇ ਪਰੰਤੂ ਗਲਤੀ ਦੇ ਨਾਲ ਜੇ ਮਿਸਟਰ ਸਕਾਟ ਦੀ ਥਾਂ ਤੇ ਸਾਂਡਰਸ ਵਾਰ ਆ ਰਿਹਾ ਸੀ ਤਾਂ ਉਹਨਾਂ ਨੇ ਸਾਂਡਰਸ ਨੂੰ ਹੀ ਗੋਲੀਆਂ ਦੇ ਨਾਲ ਮਾਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਉਹਨਾਂ ਨੇ ਬਦਲਾ ਲੈ ਲਿਆ ਸੀ ਤੇ ਉਹਨਾਂ ਨੇ ਪੋਸਟਰ ਵੀ ਛਪਵਾਤ ਸੀ ਵੀ ਅਸੀਂ ਲਾਲਾ ਲਾਜ਼ਪਤਰਾਏ ਦੀ ਮੌਤ ਦਾ ਬਦਲਾ ਲੈ ਲਿਆ ਠੀਕ ਹੈ ਜੀ ਤੁਸੀਂ ਇਹਦੇ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੁਸੀਂ ਇਹਨੂੰ ਇਸ ਤਰ੍ਹਾਂ ਲਿਖ ਲਿਓ ਫੈਰੇ ਨੂੰ ਠੀਕ ਹੈ ਜੀ ਔðਰਵਾਇਜ਼ ਤੁਹਾਨੂੰ ਇਸ ਏ ਪੀ ਡੀ ਐਫ ਜਿਹੜੀ ਸਾਡੇ ਚੈਨਲ ਦੇ ਉੱਤੇ ਮਿਲ ਜਾਵੇ ਕਿ ਟੈਲੀਗ੍ਰਾਮ ਦੇ ਉੱਤੇ ਮੇਰੀ ਕਲਾਸ ਚੈਨਲ ਹੈ ਜਿਹੜਾ ਉਸ ਨੂੰ ਸਬਸਕ੍ਰਾਈਬ ਕਰ ਲਓ ਉੱਥੇ ਵੀ ਅਸੀਂ ਇਹ ਪੀ ਡੀ ਐਫ ਸ਼ੇਅਰ ਕਰ ਦੇਵਾਂਗੇ ਇਸ ਤੋਂ ਬਾਅਦ ਭਗਤ ਸਿੰਘ ਨਾਲ ਬੀਕੇ ਦੱਤ ਨੇ ਮਿਲ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ ਆਪ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ਗ੍ਰਿਫਤਾਰੀ ਦੇ ਦਿੱਤੀ ਪਰ ਇਹਨਾਂ ਨੇ ਪਹਿਲਾਂ ਸੰਰਸਦੀ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਉਸ ਤੋਂ ਬਾਅਦ ਇਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਤਾਂ ਕਿ ਅਸੀਂ ਅੰਗਰੇਜ਼ਾਂ ਦੇ ਕੰਨ ਖੋਲ੍ਹ ਦੀ ਕਿ ਵੀ ਅਸੀਂ ਤਿਆਰ ਆਜ਼ਾਦੀ ਲੈਣ ਦੇ ਲਈ ਵੀ ਅਸੀਂ ਜਾਦੀ ਲਵਾਂਗੇ ਮੀਨਸ ਉਹਨਾਂ ਨੂੰ ਸੋਚੇ ਇਤ ਕਰਨਾ ਇਹਨਾਂ ਦਾ ਮਕਸਦ ਸੀ ਕਿਸੇ ਦੀ ਜਾਨ ਲੈਣ ਵਾਸਤੇ ਇਹਨਾਂ ਨੇ ਬੰਬ ਨਹੀਂ ਸੁੱਟੇ ਸੀ ਬਲਕਿ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਸੁੱਟੇ ਸੀ ਅਤੇ ਉੱਥੇ ਇਹਨਾਂ ਨੇ ਪੋਸਟਰ ਵੀ ਵੰਡੇ ਆਪਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ਗ੍ਰਿਫਤਾਰੀ ਦੇ ਦਿੱਤੀ ਆਪ ਉੱਤੇ ਮੀਨ ਸ਼ਹੀਦ ਭਗਤ ਸਿੰਘ ਉੱਤੇ ਕਈ ਮੁਕਾਦਮੇ ਚਲਾਏ ਗਏ ਉਹਨਾਂ ਦੇ ਉੱਤੇ ਕਈ ਕੇਸ ਕੀਤੇ ਗਏ ਕਹਿਣ ਲੱਗੇ ਤੁਸੀਂ ਨੇ ਬੰਬ ਸੁੱਟੇ ਐ ਤੁਸੀਂ ਨੇ ਸਾਹਾਂ ਦਰਸਨ ਮਾਰੇ ਇਸ ਤਰ੍ਹਾਂ ਅਲੱਗ-ਅਲੱਗ ਉਹਨਾਂ ਦੇ ਉੱਤੇ ਮੁਕਾਦਮੇ ਚਲਾਏ ਗਏ ਤਾਂ ਆਖਿਰ 23 ਮਾਰਚ 1931 ਈਸਵੀ ਵਿੱਚ ਬਖਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਠੀਕ ਹੈ ਜੀ ਇਸ ਤਰੀਕੇ ਨਾਲ ਅਸੀਂ ਨੇ ਇਹ ਜੋ ਲੇਖ ਕੰਪਲੀਟ ਕਰ ਲਿਆ ਹੈ ਤੇ ਇੱਥੇ ਜੋ ਅਸੀਂ ਜਿੰਨਾ ਕੁ ਪੜਦੇ ਆ ਉਹਦੇ ਬੇਸਤੇ ਹੀ ਦੱਸ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਡੇਟ ਸੀ ਉਹ 24 ਮਾਰਚ ਸੀ ਪਰੰਤੂ ਉਹਨਾਂ ਨੂੰ ਲੱਗਿਆ ਵੀ ਲੋਕ ਤਾਂ ਇਕੱਠੇ ਹੋ ਜਾਣਗੇ ਠੀਕ ਹੈ ਜਿੱਥੇ ਉਹਨਾਂ ਨੂੰ ਫਾਂਸੀ ਦੇਵਾਂਗੇ ਤਾਂ ਉਹਨਾਂ ਨੇ ਉਹ ਡੇਟ ਬਦਲ ਕੇ ਡੇਟ ਤੋਂ ਪਹਿਲਾਂ ਹੀ 23 ਮਾਰਚ ਨੂੰ ਹੀ ਫਾਂਸੀ ਦੇ ਦਿੱਤੀ ਗਈ ਠੀਕ ਹੈ ਜੀ ਇਸ ਤਰੀਕੇ ਨਾਲ ਉਹਨਾਂ ਦੀ ਯਾਦਗਾਰ ਵੀ ਬਣਾਈ ਗਈ ਹੈ ਹੁਸੈਨੀਪੁਰ ਵਾਲਾ ਵਿਖੇ ਸੋ ਭਗਤ ਸਿੰਘ ਨੇ ਜਿਹੜੇ ਸਾਡੇ ਦੇਸ਼ ਦੇ ਅਸੀਂ ਇੱਕ ਸ਼ਹੀਦ ਕਹਿ ਸਕਦੇ ਹਾਂ ਠੀਕ ਹੈ ਜਾਂ ਕਹਿ ਸਕਦੇ ਹਾਂ ਮਹਾਨ ਸ਼ਹੀਦ ਕਹਿ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਸੀ ਤਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਭਗਤ ਸਿੰਘ ਦੀ ਸੋਚ ਉੱਤੇ ਚੱਲਣਾ ਪਸੰਦ ਕਰੋਗੇ ਜਾਂ ਨਹੀਂ ਸੋ ਇਹ ਵੀਡੀਓ ਇਸ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਤੀਜੋ ਪੀਡੀਐਫ ਹੈ ਤੁਹਾਨੂੰ ਸਾਡੇ ਚੈਨਲ ਮੇਰੀ ਕਲਾਸ ਦੇ ਉੱਤੇ ਮਿਲ ਜਾਵੇਗੀ ਥੈਂਕਸ ਫੋਰ ਇਟ